ਓਮ ਸ਼ਾਂਤੀ। ਅੱਜ 28/8/2024 ਦੀ ਬਾਣੀ ਹੈ। ਬਾਬਾ ਆਖਦੇ ਨੇ, ਮਿੱਠੇ ਬੱਚੇ, ਤੁਸੀਂ ਜਿੰਨਾ ਬਾਪ ਨੂੰ ਯਾਦ ਕਰੋਗੇ ਉਤਨਾ ਆਤਮਾ ਵਿੱਚ ਲਾਈਟ ਆਵੇਗੀ। ਗਿਆਨਵਾਨ ਆਤਮਾ ਚਮਕੀਲੀ ਬਣ ਜਾਂਦੀ ਹੈ। ਅੱਜ ਬਾਬਾ ਨੇ ਆਪਣੇ ਬੱਚਿਆਂ ਨੂੰ ਪ੍ਰਸ਼ਨ ਪੁੱਛਿਆ, ਮਾਇਆ ਕਿਹੜੇ ਬੱਚਿਆਂ ਨੂੰ ਜ਼ਰਾ ਵੀ ਤੰਗ ਨਹੀਂ ਕਰ ਸਕਦੀ? ਅੱਜ ਬਾਬਾ ਦਾ ਉੱਤਰ ਹੈ, ਜੋ ਪੱਕੇ ਜੋਗੀ ਹੈ, ਜਿਨ੍ਹਾਂ ਨੇ ਯੋਗ ਬਲ ਨਾਲ ਆਪਣੀ ਸਰਵ ਕਰਮ ਇੰਦਰੀਆਂ ਨੂੰ ਸ਼ੀਤਲ ਬਣਾਇਆ ਹੈ, ਜੋ ਯੋਗ ਵਿੱਚ ਰਹਿਣ ਦੀ ਮਿਹਨਤ ਕਰਦੇ ਹੈ, ਉਹਨਾਂ ਨੂੰ ਜ਼ਰਾ ਵੀ ਮਾਇਆ ਤੰਗ ਨਹੀਂ ਕਰ ਸਕਦੀ। ਜਦੋਂ ਤੁਸੀਂ ਪੱਕੇ ਜੋਗੀ ਬਣ ਜਾਓਗੇ ਤਾਂ ਲਾਇਕ ਬਣੋਗੇ। ਲਾਇਕ ਬਣਨ ਦੇ ਲਈ ਪਿਓਰਿਟੀ ਫਸਟ ਹੈ। ਓਮ ਸ਼ਾਂਤੀ। ਮਿੱਠੇ ਮਿੱਠੇ ਬੱਚਿਆਂ ਨੂੰ ਬਾਪ ਬੈਠ ਸਮਝਾਉਂਦੇ ਹੈ, ਅਗਿਆਨ ਦੇ ਕਾਰਨ ਤੁਹਾਡੀ ਆਤਮਾ ਡਲ ਹੋ ਗਈ ਹੈ। ਹੀਰੇ ਵਿੱਚ ਚਮਕ ਹੁੰਦੀ ਹੈ, ਪੱਥਰ ਵਿੱਚ ਚਮਕ ਨਹੀਂ ਹੁੰਦੀ। ਇਸ ਲਈ ਕਿਹਾ ਜਾਂਦਾ ਹੈ, ਪੱਥਰ ਮਿਸਲ ਡਲ ਹੋ ਗਈ ਹੈ। ਫਿਰ ਜਾਗਦੀ ਹੈ ਤਾਂ ਕਿਹਾ ਜਾਂਦਾ ਹੈ, ਇਹ ਜਿਵੇਂ ਪਾਰਸ ਮਣੀ ਹੈ। ਹੁਣ ਅਗਿਆਨ ਦੇ ਕਾਰਨ ਆਤਮਾ ਦੀ ਜੋਤੀ ਡਿਮ ਹੋ ਗਈ ਹੈ, ਕਾਲੀ ਨਹੀਂ ਹੁੰਦੀ ਹੈ। ਨਾਮ ਇਹ ਰੱਖਿਆ ਹੋਇਆ ਹੈ। ਆਤਮਾ ਸਭ ਦੀ ਇੱਕ ਜਿਹੀ ਹੁੰਦੀ ਹੈ। ਸਰੀਰਾਂ ਦੀ ਬਣਾਵਟ ਕਈ ਤਰ੍ਹਾਂ ਦੀ ਹੁੰਦੀ ਹੈ, ਆਤਮਾ ਤਾਂ ਇੱਕ ਹੀ ਹੈ। ਹੁਣ ਤੁਸੀਂ ਸਮਝਦੇ ਹੋ, ਅਸੀਂ ਆਤਮਾ ਹਾਂ, ਬਾਪ ਦੇ ਬੱਚੇ ਹਾਂ। ਇਹ ਸਾਰਾ ਗਿਆਨ ਸੀ, ਹੁਣ ਫਿਰ ਹੌਲੀ ਹੌਲੀ ਨਿਕਲ ਗਿਆ ਹੈ। ਨਿਕਲਦਾ ਨਿਕਲਦਾ ਅੰਤ ਵਿੱਚ ਕੁਛ ਨਹੀਂ ਰਹਿੰਦਾ ਤਾਂ ਆ ਕੇ ਅਗਿਆਨ। ਤੁਸੀਂ ਵੀ ਅਗਿਆਨੀ ਸੀ, ਹੁਣ ਗਿਆਨ ਦੇ ਸਾਗਰ ਨਾਲ ਗਿਆਨੀ ਬਣ ਜਾਂਦੇ ਹੋ। ਆਤਮਾ ਤਾਂ ਬਹੁਤ ਸੂਖਸ਼ਮ ਹੈ, ਇਹਨਾਂ ਅੱਖਾਂ ਨਾਲ ਵੇਖਣ ਵਿੱਚ ਨਹੀਂ ਆਉਂਦੀ। ਬਾਪ ਆ ਕੇ ਸਮਝਾਉਂਦੇ ਹੈ, ਬੱਚਿਆਂ ਨੂੰ ਨੌਲੇਜ ਫੁੱਲ ਬਣਾਉਂਦੇ ਹੈ ਤਾਂ ਸੁਜਾਗ ਹੁੰਦੇ ਹੋ। ਘਰ ਘਰ ਵਿੱਚ ਸੁਜਰਾ ਹੋ ਜਾਂਦਾ ਹੈ, ਹਲੇ ਘਰ ਘਰ ਵਿੱਚ ਹਨੇਰਾ ਹੈ, ਮਤਲਬ ਆਤਮਾ ਡਿਮ ਹੋ ਗਈ ਹੈ। ਹੁਣ ਬਾਪ ਕਹਿੰਦੇ ਹੈ, ਮੈਨੂੰ ਯਾਦ ਕਰੋ ਤਾਂ ਲਾਈਟ ਆ ਜਾਵੇਗੀ, ਫਿਰ ਤੁਸੀਂ ਗਿਆਨਵਾਨ ਬਣ ਜਾਓਗੇ। ਬਾਪ ਕਿਸੇ ਦੀ ਗਲਾਨੀ ਨਹੀਂ ਕਰਦੇ ਹੈ, ਇਹ ਤਾਂ ਡਰਾਮੇ ਦਾ ਰਾਜ ਸਮਝਾਉਂਦੇ ਹੈ। ਬੱਚਿਆਂ ਨੂੰ ਕਿਹਾ ਜਾਂਦਾ ਹੈ ਨਾ, ਇਹ ਤਾਂ ਮੂੜ ਬੁੱਧੀ ਹੋ ਗਏ ਹੈ। ਕੌਣ ਕਹਿੰਦਾ ਹੈ, ਬਾਪ ਬੱਚੇ ਤੁਹਾਡੀ ਕਿੰਨੀ ਸੁੰਦਰ ਬੁੱਧੀ ਬਣੀ ਸੀ ਸ਼੍ਰੀਮਤੇ, ਹੁਣ ਤੁਸੀਂ ਫੀਲ ਕਰਦੇ ਹੋ ਨਾ, ਤੁਹਾਨੂੰ ਗਿਆਨ ਮਿਲਿਆ ਹੈ। ਗਿਆਨ ਨੂੰ ਪੜ੍ਹਾਈ ਕਿਹਾ ਜਾਂਦਾ ਹੈ। ਬਾਪ ਦੀ ਪੜ੍ਹਾਈ ਨਾਲ ਸਾਰੀ ਜੋਤੀ ਜਗ ਗਈ ਹੈ। ਇਸ ਨੂੰ ਹੀ ਕਿਹਾ ਜਾਂਦਾ ਸੱਚੀ ਸੱਚੀ ਦੀ ਮਾਲਾ। ਸੱਚ ਬਚਪਨ ਵਿੱਚ ਮਿੱਟੀ ਦੇ ਦੀਪ ਵਿੱਚ ਤੇਲ ਪਾ ਕੇ ਜੋਤੀ ਜਗਾਉਂਦੇ ਹੈ, ਉਹ ਤਾਂ ਰਸਮ ਚੱਲਦੀ ਰਹਿੰਦੀ ਹੈ, ਉਸ ਨਾਲ ਕੋਈ ਦੀਪ ਮਾਲਾ ਨਹੀਂ ਹੁੰਦੀ। ਇਹ ਤਾਂ ਜੋ ਆਤਮਾ ਅੰਦਰ ਹੈ ਉਹ ਡਿਮ ਹੋ ਗਈ ਹੈ, ਉਹਨਾਂ ਦੀ ਜੋਤੀ ਆ ਕੇ ਬਾਪ ਜਗਾਉਂਦੇ ਹੈ, ਬੱਚਿਆਂ ਨੂੰ ਆ ਕੇ ਨੌਲੇਜ ਦਿੰਦੇ ਹੈ, ਪੜ੍ਹਾਉਂਦੇ ਹੈ। ਸਕੂਲ ਵਿੱਚ ਟੀਚਰ ਪੜ੍ਹਾਉਂਦੇ ਹੈ ਨਾ, ਉਹ ਹੈ ਹੱਦ ਦੀ ਨੌਲੇਜ, ਇਹ ਹੈ ਬੇਹੱਦ ਦੀ ਨੌਲੇਜ। ਕੋਈ ਸਾਧੂ ਸੰਤ ਵੀ ਪੜ੍ਹਾਉਂਦੇ ਹੈ ਕਿ ਰਚਇਤਾ ਅਤੇ ਰਚਨਾ ਦੇ ਆਦਿ ਮੱਧ ਔਰ ਅੰਤ ਦੀ ਨੌਲੇਜ ਕਦੋਂ ਸੁਣੀ? ਕਦੇ ਕਿਸੇ ਨੇ ਆ ਕੇ ਪੜ੍ਹਾਈ? ਜਾ ਕੇ ਦੇਖੋ ਕਿੱਥੇ ਇਹ ਨੌਲੇਜ ਪੜ੍ਹਾਉਂਦੇ ਹੈ। ਸਿਰਫ ਇੱਕ ਬਾਪ ਹੀ ਪੜ੍ਹਾਉਂਦੇ ਹੈ ਤਾਂ ਉਹਨਾਂ ਤੋਂ ਪੜ੍ਹਨਾ ਚਾਹੀਦਾ ਹੈ। ਬਾਪ ਅਚਾਨਕ ਹੀ ਆ ਜਾਂਦੇ ਹੈ,
ਢਿੰਡੋਰਾ ਥੋੜ੍ਹੀ ਨਾ ਪਿੱਟਦੇ ਹੈ ਕਿ ਮੈਂ ਆ ਰਿਹਾ ਹਾਂ। ਅਚਾਨਕ ਹੀ ਆ ਕੇ ਪ੍ਰਵੇਸ਼ ਕਰਦੇ ਹੈ, ਉਹ ਆਵਾਜ਼ ਤਾਂ ਕਰ ਹੀ ਨਹੀਂ ਸਕਦੇ ਜਦੋਂ ਤੱਕ ਉਹਨਾਂ ਨੂੰ ਔਰਗੈਨਸ ਨਾ ਮਿਲਣ। ਆਤਮਾ ਵੀ ਔਰਗੈਨਸ ਤੋਂ ਬਿਨਾਂ ਆਵਾਜ਼ ਨਹੀਂ ਕਰ ਸਕਦੀ। ਸਰੀਰ ਵਿੱਚ ਜਦ ਆਈ ਹੈ ਉਦੋਂ ਆਵਾਜ਼ ਕਰਦੀ ਹੈ। ਤੁਸੀਂ ਸਮਝਾਓ ਤਾਂ ਵੀ ਤਾਂ ਕੀ ਮੰਨਣਗੇ ਨਹੀਂ। ਬੱਚਿਆਂ ਨੂੰ ਜਦ ਇਹ ਨੌਲੇਜ ਦਿੱਤੀ ਜਾਂਦੀ ਹੈ ਤਾਂ ਸਮਝਦੇ ਹੈ ਇਹ ਨੌਲੇਜ ਇੱਕ ਬਾਪ ਦੇ ਸਿਵਾਏ ਕੋਈ ਦੇ ਨਹੀਂ ਸਕਦਾ। ਵਿਨਾਸ਼ ਦਾ ਸਾਕਸ਼ਾਤਕਾਰ ਵੀ ਕੋਈ ਕਰਾਉਂਦਾ ਥੋੜ੍ਹੀ ਨਾ ਹੈ, ਇਹ ਬਾਪ ਹੀ ਆ ਕੇ ਕਰਵਾਉਂਦੇ ਹੈ। ਡਰਾਮਾ ਅਨੁਸਾਰ ਪੁਰਾਣੀ ਦੁਨੀਆ ਹੁਣ ਖਤਮ ਹੋਣੀ ਹੈ, ਨਈ ਦੁਨੀਆ ਸਥਾਪਨ ਹੋ ਰਹੀ ਹੈ। ਜਿਨ੍ਹਾਂ ਨੇ ਬਾਪ ਤੋਂ ਨੌਲੇਜ ਲੈਣੀ ਹੈ ਉਹ ਆਉਂਦੇ ਰਹਿੰਦੇ ਹੈ। ਕਿੰਨਿਆਂ ਨੂੰ ਗਿਆਨ ਦਿੱਤਾ ਹੋਵੇਗਾ, ਅਣਗਿਣਤ ਪਿੰਡ ਪਿੰਡ ਤੋਂ ਕਿੰਨੇ ਢੇਰ ਆਉਂਦੇ ਹੈ। ਇਹ ਆਤਮਾ ਅਤੇ ਪਰਮਾਤਮਾ ਦਾ ਮੇਲਾ ਇੱਕ ਹੀ ਵਾਰ ਲੱਗਦਾ ਹੈ, ਸੰਗਮ ਯੁੱਗ 'ਤੇ ਹੀ ਆਉਂਦੇ ਹੈ। ਬਾਪ ਆ ਕੇ ਨਈ ਦੁਨੀਆ ਸਥਾਪਨ ਕਰਦੇ ਹੈ, ਜਿਨ੍ਹਾਂ ਦੀ ਜੋਤੀ ਜਗਾਉਂਦੇ ਹੈ ਉਹ ਫਿਰ ਜਾ ਕੇ ਹੋਰਨਾਂ ਦੀ ਜੋਤੀ ਜਗਾਉਂਦੇ ਹੈ। ਹੁਣ ਤੁਸੀਂ ਸਭ ਨੇ ਵਾਪਿਸ ਜਾਣਾ ਹੈ। ਇਸ ਵਿੱਚ ਬੁੱਧੀ ਨਾਲ ਕੰਮ ਲੈਣਾ ਹੁੰਦਾ ਹੈ। ਭਗਤੀ ਮਾਰਗ ਵਿੱਚ ਤਾਂ ਹੈ ਹਨੇਰਾ, ਗਿਆਨ ਦੇਣ ਵਾਲਾ ਤਾਂ ਇੱਕ ਬਾਪ ਚਾਹੀਦਾ ਹੈ। ਉਹ ਆਉਂਦੇ ਹੀ ਹੈ ਸੰਗਮ 'ਤੇ। ਪੁਰਾਣੀ ਦੁਨੀਆ ਵਿੱਚ ਗਿਆਨ ਮਿਲ ਨਾ ਸਕੇ, ਮਨੁੱਖਾਂ ਦੇ ਖਿਲਾ ਖਿਆਲ ਵਿੱਚ ਹੈ। ਹਲੇ ਤੇ 40,000 ਵਰੇ ਪਏ ਹੈ, ਬਿਲਕੁਲ ਹੀ ਘੋਰ ਹਨੇਰੇ ਵਿੱਚ ਹੈ। ਸਮਝਦੇ ਹੈ 40,000 ਵਰਿਆਂ ਬਾਅਦ ਭਗਵਾਨ ਆਉਣਗੇ, ਜ਼ਰੂਰ ਆ ਕੇ ਗਿਆਨ ਦੇ ਕੇ ਸਦਗਤੀ ਕਰਨਗੇ। ਤਾਂ ਗੋਇਆ ਅਗਿਆਨ ਹੈ ਨਾ, ਇਸ ਨੂੰ ਅਗਿਆਨ ਹਨੇਰਾ ਕਿਹਾ ਜਾਂਦਾ ਹੈ। ਅਗਿਆਨ ਵਾਲਿਆਂ ਨੂੰ ਗਿਆਨ ਚਾਹੀਦਾ ਹੈ, ਭਗਤੀ ਨੂੰ ਗਿਆਨ ਨਹੀਂ ਕਿਹਾ ਜਾਂਦਾ ਹੈ। ਆਤਮਾ ਵਿੱਚ ਗਿਆਨ ਹੈ ਨਹੀਂ, ਪਰੰਤੂ ਡਲ ਬੁੱਧੀ ਹੋਣ ਦੇ ਕਾਰਨ ਸਮਝਦੇ ਹੈ ਭਗਤੀ ਹੀ ਗਿਆਨ ਹੈ। ਇੱਕ ਤਰਫ ਕਹਿੰਦੇ ਹੈ ਗਿਆਨ ਸੂਰਿਆ ਦੇ ਆਉਣ ਨਾਲ ਅਚਾਨਕ ਚਾਨਣ ਹੋ ਜਾਵੇਗਾ, ਪਰੰਤੂ ਸਮਝਦੇ ਕੁਛ ਵੀ ਨਹੀਂ। ਗਾਉਂਦੇ ਹੈ ਗਿਆਨ ਸੂਰਜ ਪ੍ਰਗਟਿਆ, ਕਿਸ ਦੇ ਲਈ ਕਹਿੰਦੇ ਹੈ ਗਿਆਨ ਸੂਰਜ ਕਦੋਂ ਆਇਆ ਇਹ ਕੋਈ ਨਹੀਂ ਜਾਣਦੇ। ਪੰਡਿਤ ਆਦਿ ਹੋਵੇਗਾ ਤਾਂ ਕਹਾਂਗੇ ਜਦੋਂ ਕਲਯੁੱਗ ਪੂਰਾ ਹੋਵੇਗਾ, ਉਦੋਂ ਅਚਾਨਕ ਹੋਵੇਗਾ। ਇਹ ਸਭ ਗੱਲਾਂ ਬਾਪ ਆ ਕੇ ਸਮਝਾਉਂਦੇ ਹੈ, ਬੱਚੇ ਨੰਬਰਵਾਰ ਸਮਝਦੇ ਹੈ। ਟੀਚਰ ਬੱਚਿਆਂ ਨੂੰ ਪੜ੍ਹਾਉਂਦੇ ਹੈ, ਇੱਕ ਜਿਹਾ ਤਾਂ ਬੱਚੇ ਨਹੀਂ ਪੜ੍ਹਨਗੇ। ਪੜ੍ਹਾਈ ਵਿੱਚ ਇੱਕੋ ਜਿਹੇ ਨੰਬਰ ਕਦੇ ਹੁੰਦੇ ਨਹੀਂ। ਤੁਸੀਂ ਜਾਣਦੇ ਹੋ ਕਿ ਬੇਹਦ ਦਾ ਬਾਪ ਆਇਆ ਹੋਇਆ ਹੈ, ਪੁਰਾਣੀ ਦੁਨੀਆ ਦਾ ਵਿਨਾਸ਼ ਵੀ ਸਾਹਮਣੇ ਖੜਾ ਹੈ। ਹੁਣ ਹੀ ਬਾਪ ਤੋਂ ਗਿਆਨ ਲੈਣਾ ਹੈ ਅਤੇ ਯੋਗ ਵੀ ਸਿੱਖਣਾ ਹੈ। ਯਾਦ ਨਾਲ ਹੀ ਵਿਕਰਮ ਵਿਨਾਸ਼ ਹੋਣਗੇ। ਬਾਪ ਕਹਿੰਦੇ ਹੈ ਇਸ ਸੰਗਮ 'ਤੇ ਹੀ ਆ ਕੇ ਇਸ ਸਰੀਰ ਦਾ ਲੋਨ ਲੈਂਦਾ ਹਾਂ, ਮਤਲਬ ਪ੍ਰਕਿਰਤੀ ਦਾ ਆਧਾਰ ਲੈਂਦਾ ਹਾਂ। ਗੀਤਾ ਵਿੱਚ ਵੀ ਇਹ ਅੱਖਰ ਹੈ, ਹੋਰ ਕਿਸੇ ਸ਼ਾਸਤਰ ਦਾ ਨਾਮ ਬਾਬਾ ਨਹੀਂ ਲੈਂਦੇ ਹੈ, ਇੱਕ ਹੀ ਗੀਤਾ ਹੈ। ਇਹ ਹੈ ਹੀ ਰਾਜਯੋਗ ਦੀ ਪੜ੍ਹਾਈ, ਨਾਮ ਰੱਖ ਦਿੱਤਾ ਹੈ ਗੀਤਾ। ਇਸ ਵਿੱਚ ਪਹਿਲੇ ਪਹਿਲੇ ਲਿਖਿਆ ਹੈ ਭਗਵਾਨ ਉਵਾਚ। ਹੁਣ ਭਗਵਾਨ ਕਿਸ ਨੂੰ ਕਿਹਾ ਜਾਂਦਾ ਹੈ? ਭਗਵਾਨ ਤਾਂ ਹੈ ਨਿਰਾਕਾਰ, ਉਹਨਾਂ ਦਾ ਆਪਣਾ ਸਰੀਰ ਤਾਂ ਨਹੀਂ ਹੈ, ਉਹ ਹੈ ਨਿਰਾਕਾਰੀ ਦੁਨੀਆ ਜਿੱਥੇ ਆਤਮਾ ਰਹਿੰਦੀਆਂ ਹੈ। ਸੂਖਸ਼ਮ ਬਤਨ ਨੂੰ ਦੁਨੀਆ ਨਹੀਂ ਕਿਹਾ ਜਾਂਦਾ, ਇਹ ਹੈ ਸਤੂਲ ਸਾਹਕਾਰ ਦੁਨੀਆ, ਉਹ ਹੈ ਆਤਮਾਵਾਂ ਦੀ ਦੁਨੀਆ। ਖੇਲ ਸਾਰਾ ਇੱਥੇ ਚੱਲਦਾ ਹੈ। ਨਿਰਾਕਾਰੀ ਦੁਨੀਆ ਵਿੱਚ ਆਤਮਾਵਾਂ ਕਿੰਨੀਆਂ ਛੋਟੀਆਂ ਛੋਟੀਆਂ ਹੈ,
ਫਿਰ ਪਾਟ ਵਜਾਉਣ ਆਉਂਦੀਆਂ ਹੈ। ਇਹ ਖਿਆਲਾਤ ਤੁਹਾਨੂੰ ਬੱਚਿਆਂ ਨੂੰ ਹੀ ਬੁੱਧੀ ਵਿੱਚ ਬਿਠਾਏ ਜਾਂਦੇ ਹੈ। ਇਸ ਨੂੰ ਗਿਆਨ ਕਿਹਾ ਜਾਂਦਾ ਹੈ, ਵੇਦ ਸ਼ਾਸਤਰ ਕਿਹਾ ਜਾਂਦਾ ਹੈ, ਭਗਤੀ ਗਿਆਨ ਨਹੀਂ। ਤੁਹਾਡੀ ਸਾਧੂ ਸੰਨਿਆਸੀਆਂ ਨਾਲ ਇੰਨੀ ਮੁਲਾਕਾਤ ਨਹੀਂ ਹੋਈ ਹੈ। ਬਾਵਾ ਤਾਂ ਦਾ ਤੇ ਬਹੁਤ ਸੰਗ ਰਿਹਾ ਹੈ, ਬਹੁਤ ਗੁਰੂ ਕੀਤੇ ਹੈ। ਪੁੱਛਿਆ ਜਾਂਦਾ ਹੈ, ਤੁਸੀਂ ਸੰਨਿਆਸ ਕਿਉਂ ਕੀਤਾ, ਘਰ ਬਾਰ ਕਿਉਂ ਛੱਡਿਆ? ਕਹਿੰਦੇ ਹੈ ਵਿਕਾਰ ਨਾਲ ਬੁੱਧੀ ਭ੍ਰਸ਼ਟ ਹੋ ਜਾਂਦੀ ਹੈ, ਇਸ ਲਈ ਘਰ ਬਾਰ ਛੱਡਿਆ। ਅੱਛਾ, ਜੰਗਲ ਵਿੱਚ ਜਾ ਕੇ ਰਹਿੰਦੇ ਹੋ, ਫਿਰ ਘਰ ਬਾਰ ਦੀ ਯਾਦ ਆਉਂਦੀ ਹੋਵੇਗੀ? ਬੋਲਾ, ਹਾਂ, ਬਾਵਾ ਦਾ ਤੇ ਵੇਖਿਆ ਹੋਇਆ ਹੈ। ਇੱਕ ਸੰਨਿਆਸੀ ਤਾਂ ਫਿਰ ਵਾਪਿਸ ਘਰ ਵੀ ਗਿਆ ਸੀ, ਇਹ ਵੀ ਸ਼ਾਸਤਰਾਂ ਵਿੱਚ ਹੈ। ਮਨੁੱਖ ਮਨਪ੍ਰਸਤ ਅਵਸਥਾ ਵਿੱਚ ਉਦੋਂ ਜਾਂਦੇ ਹੈ ਜਦੋਂ ਉਮਰ ਵੱਡੀ ਹੋ ਜਾਂਦੀ ਹੈ। ਛੋਟੀ ਉਮਰ ਵਿੱਚ ਤਾਂ ਮਨਪ੍ਰਸਤ ਲੈ ਨਹੀਂ ਸਕਦੇ। ਕੁੰਭ ਦੇ ਮੇਲੇ ਵਿੱਚ ਬਹੁਤ ਛੋਟੇ ਛੋਟੇ ਨੰਗੇ ਲੋਕ ਆਉਂਦੇ ਹੈ, ਦਵਾਈ ਖਵਾਉਂਦੇ ਹੈ, ਜਿਸ ਨਾਲ ਕਰਮ ਇੰਦਰੀਆਂ ਠੰਡੀਆਂ ਪੈ ਜਾਂਦੀਆਂ ਹੈ। ਤੁਹਾਡਾ ਤਾਂ ਹੈ ਯੋਗ ਵਰ ਨਾਲ ਕਰਮ ਇੰਦਰੀਆਂ ਨੂੰ ਵਸ਼ ਵਿੱਚ ਕਰਨਾ। ਯੋਗ ਵਰ ਨਾਲ ਬਸ ਹੁੰਦੇ ਹੁੰਦੇ ਆਖਿਰ ਠੰਡੀਆਂ ਹੋ ਹੀ ਜਾਣਗੀਆਂ। ਕੀ ਕਹਿੰਦੇ ਹੈ ਬਾਵਾ, ਮਾਇਆ ਬਹੁਤ ਤੰਗ ਕਰਦੀ ਹੈ, ਉੱਥੇ ਤਾਂ ਅਜਿਹੀਆਂ ਗੱਲਾਂ ਹੁੰਦੀਆਂ ਨਹੀਂ। ਕਰਮ ਇੰਦਰੀਆਂ ਵਸ਼ ਉਦੋਂ ਹੋਣਗੀਆਂ ਜਦੋਂ ਯੋਗ ਵਿੱਚ ਤੁਸੀਂ ਪੱਕੇ ਹੋਵੋਗੇ, ਕਰਮ ਇੰਦਰੀਆਂ ਸ਼ਾਂਤ ਹੋ ਜਾਣਗੀਆਂ। ਇਸ ਵਿੱਚ ਬੜੀ ਮਿਹਨਤ ਹੈ, ਉੱਥੇ ਅਜਿਹੇ ਛੀ-ਛੀ ਕੰਮ ਹੁੰਦੇ ਨਹੀਂ। ਬਾਪ ਆਏ ਹੈ ਅਜਿਹੇ ਸਵਰਗ ਧਾਮ ਵਿੱਚ ਲੈ ਜਾਣ, ਤੁਹਾਨੂੰ ਲਾਇਕ ਬਣਾ ਰਹੇ ਹੈ, ਮਾਇਆ ਤੁਹਾਨੂੰ ਨਾਲਾਇਕ ਬਣਾਉਂਦੀ ਹੈ। ਮਤਲਬ ਸਵਰਗ ਜਾਂ ਮੁਕਤੀ ਧਾਮ ਵਿੱਚ ਚੱਲਣ ਲਾਇਕ ਨਹੀਂ ਤਾਂ ਬਾਪ ਬੈਠ ਲਾਇਕ ਬਣਾਉਂਦੇ ਹੈ। ਉਸ ਲਈ ਪਿਓਰਿਟੀ ਹੈ ਫਸਟ ਗਾਉਂਦੇ ਵੀ ਹੈ। ਬਾਬਾ, ਅਸੀਂ ਪਾਤਿਤ ਬਣ ਗਏ ਹਾਂ, ਸਾਨੂੰ ਆ ਕੇ ਪਾਵਨ ਬਣਾਓ। ਪਾਵਨ ਮਾਨਾ ਪਵਿੱਤਰ ਗਾਇਨ ਵੀ ਹੈ, ਅੰਮ੍ਰਿਤ ਛੱਡ ਵਿਸ਼ ਕਾਹੇ ਨੂੰ ਖਾਓ। ਉਸ ਦਾ ਨਾਂ ਵਿਸ਼ ਵੀ ਹੈ ਜੋ ਆਦਿ ਮੱਧ ਅੰਤ ਦੁੱਖ ਦਿੰਦਾ ਹੈ, ਇਹ ਵੀ ਡਰਾਮੇ ਵਿੱਚ ਨੂੰਦ ਹੈ। ਬਾਬਾ ਕਿੰਨੀ ਵਾਰ ਆਏ ਹੈ, ਤੁਹਾਨੂੰ ਬੱਚਿਆਂ ਨੂੰ ਆ ਕੇ ਮਿਲੇ ਹੈ, ਤੁਹਾਨੂੰ ਕਨਿਸ਼ਠ ਤੋਂ ਉੱਤਮ ਪੁਰਖ ਬਣਾਇਆ ਜਾਂਦਾ ਹੈ। ਆਤਮਾ ਪਵਿੱਤਰ ਹੁੰਦੀ ਹੈ ਤਾਂ ਉਮਰ ਵੀ ਵੱਡੀ ਹੋ ਜਾਂਦੀ ਹੈ, ਹੈਲਥ ਵੈਲਥ ਅਤੇ ਹੈਪੀਨੈਸ ਸਭ ਮਿਲ ਜਾਂਦੀ ਹੈ। ਇਹ ਵੀ ਤੁਸੀਂ ਬੋਰਡ 'ਤੇ ਲਿਖ ਸਕਦੇ ਹੋ, ਹੈਲਥ ਵੈਲਥ ਹੈਪੀਨੈਸ ਫਾਰ 21 ਜਨਰੇਸ਼ਨ 1 ਸੈਕਿੰਡ। ਬਾਪ ਤੋਂ ਇਹ ਵਰਸਾ ਮਿਲਦਾ ਹੈ 21 ਜਨਮ ਦੇ ਲਈ। ਕਈ ਬੱਚੇ ਬੋਰਡ ਲਗਾਉਣ ਤੋਂ ਵੀ ਡਰਦੇ ਹੈ, ਬੋਰਡ ਤਾਂ ਸਭ ਦੇ ਘਰ ਰਹਿੰਦਾ ਹੀ ਹੈ। ਤੁਸੀਂ ਸਰਜਨ ਦੇ ਬੱਚੇ ਹੋ ਨਾ, ਤੁਹਾਨੂੰ ਹੈਲਥ ਵੈਲਥ ਹੈਪੀਨੈਸ ਮਿਲਦੀ ਹੈ ਤਾਂ ਤੁਸੀਂ ਫਿਰ ਹੋਰਨਾਂ ਨੂੰ ਦਵੋ, ਦੇ ਸਕਦੇ ਹੋ ਤਾਂ ਕਿਉਂ ਨਹੀਂ ਬੋਰਡ 'ਤੇ ਲਿਖ ਦਿੰਦੇ ਹੋ? ਤਾਂ ਮਨੁੱਖ ਆ ਕੇ ਸਮਝਣ ਕਿ ਭਾਰਤ ਵਿੱਚ ਅੱਜ ਤੋਂ 5000 ਵਰੇ ਪਹਿਲੇ ਹੈਲਥ ਵੈਲਥ ਸੀ, ਪਵਿੱਤਰਤਾ ਵੀ ਸੀ। ਬੇਹਦ ਦੇ ਬਾਪ ਦਾ ਵਰਸਾ 1 ਸੈਕਿੰਡ ਵਿੱਚ ਤੁਹਾਡੇ ਕੋਲ ਬਹੁਤ ਆਉਣਗੇ। ਤੁਸੀਂ ਬੈਠ ਸਮਝੋ, ਇਹੀ ਭਾਰਤ ਸੋਨੇ ਦੀ ਚਿੜੀਆ ਸੀ, ਇਹਨਾਂ ਦਾ ਹੀ ਰਾਜ ਸੀ, ਫਿਰ ਇਹ ਕਿੱਥੇ ਗਏ? 84 ਜਨਮ ਪਹਿਲੇ ਇਹ ਲੈਣਗੇ, ਇਹ ਨੰਬਰ 1 ਹੈ ਨਾ, ਇਹੀ ਫਿਰ ਆਖਿਰ ਵਿੱਚ ਆਉਂਦੇ ਹੈ। ਬਾਪ ਕਹਿੰਦੇ ਹੈ, ਹੁਣ ਤੁਹਾਡਾ 84 ਦਾ ਚੱਕਰ ਪੂਰਾ ਹੋਇਆ, ਫਿਰ ਸ਼ੁਰੂ ਹੋਣਾ ਹੈ। ਬੇਹਦ ਦਾ ਬਾਪ ਆ ਕੇ ਇਹ ਪਦ ਪ੍ਰਾਪਤ ਕਰਵਾਉਂਦੇ ਹੈ, ਫਿਰ ਕਹਿੰਦੇ ਹੈ, ਤੁਸੀਂ ਮੈਨੂੰ ਯਾਦ ਕਰੋ ਤਾਂ ਪਾਵਨ ਬਣ ਜਾਓਗੇ।
84 ਜਨਮਾਂ ਨੂੰ ਜਾਣ ਕੇ ਬਾਪ ਤੋਂ ਵਿਰਸਾ ਲੈਣਾ ਹੈ, ਪਰੰਤੂ ਪੜ੍ਹਾਈ ਤੇ ਚਾਹੀਦੀ ਹੈ ਨਾ। ਤੁਹਾਨੂੰ ਕਿਹਾ ਜਾਂਦਾ ਹੈ ਸਰਦਰਸ਼ਨ ਚੱਕਰਧਾਰੀ, ਨਵਾਂ ਤਾਂ ਕੋਈ ਸਮਝ ਨਹੀਂ ਸਕਦਾ, ਤੁਸੀਂ ਜਾਣਦੇ ਹੋ। ਸੋ ਆਤਮਾ ਨੂੰ ਕਿਹਾ ਜਾਂਦਾ ਹੈ, ਅਸੀਂ ਆਤਮਾ ਸੋ ਪਵਿੱਤਰ ਸੀ, ਸ਼ੁਰੂ ਤੋਂ ਲੈ ਕੇ 84 ਦਾ ਚੱਕਰ ਲਗਾਇਆ, ਉਹ ਵੀ ਬਾਪ ਦੱਸਦੇ ਹੈ। ਤੁਸੀਂ ਪਹਿਲੇ ਪਹਿਲੇ ਸ਼ਿਵ ਦੀ ਭਗਤੀ ਸ਼ੁਰੂ ਕੀਤੀ, ਤੁਸੀਂ ਤਾਂ ਅਭਿਆਭਿਚਾਰੀ ਭਗਤ ਸੀ, ਬਾਪ ਦੇ ਸਿਵਾਏ ਕੋਈ ਸਮਝਾ ਨਹੀਂ ਸਕਦਾ। ਬਾਪ ਕਹਿੰਦੇ ਹੈ, ਮਿੱਠੇ ਮਿੱਠੇ ਬੱਚਿਓ, ਤੁਸੀਂ ਪਹਿਲੇ ਪਹਿਲੇ ਇਹ ਜਨਮ ਲਿਆ। ਕੋਈ ਸਾਹੂਕਾਰ ਹੋਵੇਗਾ ਤਾਂ ਕਹਿਣਗੇ ਕਿ ਪਹਿਲੇ ਜਨਮ ਵਿੱਚ ਇਸਨੇ ਅਜਿਹੇ ਕਰਮ ਕੀਤੇ ਹੈ। ਕੋਈ ਰੋਗੀ ਹੋਵੇਗਾ ਤਾਂ ਕਹਿਣਗੇ ਪਿਛਲੇ ਕਰਮ ਦਾ ਹਿਸਾਬ ਕਿਤਾਬ ਹੈ। ਅੱਛਾ, ਇਹਨਾਂ ਲਕਸ਼ਮੀ ਨਾਰਾਇਣ ਨੇ ਕਿਹੜਾ ਕਰਮ ਕੀਤਾ, ਇਹ ਬਾਪ ਬੈਠ ਸਮਝਾਉਂਦੇ ਹੈ। ਇਹਨਾਂ ਦੇ 84 ਜਨਮ ਪੂਰੇ ਹੋਏ, ਫਿਰ ਫਸਟ ਨੰਬਰ ਵਿੱਚ ਆਉਣਾ ਹੈ। ਭਗਵਾਨ ਸੰਗਮ ਯੁੱਗ ਤੇ ਹੀ ਆ ਕੇ ਰਾਜਯੁਗ ਸਿਖਾਉਂਦੇ ਹੈ। ਹੁਣ ਤੁਸੀਂ ਸਮਝ ਰਹੇ ਹੋ ਕਿ ਬਾਬਾ ਸਾਨੂੰ ਰਾਜਯੁਗ ਸਿਖਲਾ ਰਹੇ ਹੈ, ਫਿਰ ਵੀ ਤੁਸੀਂ ਭੁੱਲ ਜਾਓਗੇ। ਕਰਮ ਅਕਰਮ ਅਤੇ ਵਿਕਰਮ ਦੀ ਗੁਪਤ ਗਤੀ ਬਾਪ ਨੇ ਸਮਝਾਈ ਹੈ। ਰਾਵਣ ਰਾਜ ਵਿੱਚ ਤੁਹਾਡੇ ਕਰਮ ਵਿਕਰਮ ਹੋ ਜਾਂਦੇ ਹੈ, ਉੱਥੇ ਕਰਮ ਅਕਰਮ ਹੁੰਦੇ ਹੈ। ਉੱਥੇ ਰਾਵਣ ਰਾਜ ਨਹੀਂ, ਵਿਕਾਰ ਹੁੰਦਾ ਨਹੀਂ, ਉੱਥੇ ਹੈ ਹੀ ਯੋਗ ਬਲ। ਜਦੋਂ ਕਿ ਯੋਗ ਬਲ ਨਾਲ ਅਸੀਂ ਵਿਸ਼ਵ ਦੇ ਮਾਲਿਕ ਬਣਦੇ ਹਾਂ, ਤਾਂ ਜ਼ਰੂਰ ਪਵਿੱਤਰ ਦੁਨੀਆ ਵੀ ਚਾਹੀਦੀ ਹੈ। ਪੁਰਾਣੀ ਦੁਨੀਆ ਨੂੰ ਆਪ ਪਵਿੱਤਰ, ਨਵੀਂ ਦੁਨੀਆ ਨੂੰ ਪਵਿੱਤਰ ਦੁਨੀਆ ਕਿਹਾ ਜਾਂਦਾ ਹੈ। ਉਹ ਹੈ ਵਾਇਸਲੈਸ ਵਰਲਡ, ਇਹ ਹੈ ਵਸ਼ਿਸ਼ ਵਰਲਡ। ਬਾਪ ਹੀ ਆ ਕੇ ਸ਼ਾਲਿਆ ਨੂੰ ਸ਼ਿਵਾਲਿਆ ਬਣਾਉਂਦੇ ਹੈ। ਸਤਯੁਗ ਹੈ ਸ਼ਿਵਾਲਿਆ, ਸ਼ਿਵ ਬਾਬਾ ਆ ਕੇ ਤੁਹਾਨੂੰ ਸਤਯੁਗ ਦੇ ਲਈ ਲਾਇਕ ਬਣਾ ਰਹੇ ਹੈ। ਲਕਸ਼ਮੀ ਨਾਰਾਇਣ ਦੇ ਮੰਦਿਰ ਵਿੱਚ ਜਾ ਕੇ ਤੁਸੀਂ ਪੁੱਛ ਸਕਦੇ ਹੋ, ਤੁਹਾਨੂੰ ਪਤਾ ਹੈ ਇਹਨਾਂ ਨੇ ਇਹ ਪਦ ਕਿਵੇਂ ਪ੍ਰਾਪਤ ਕੀਤਾ, ਵਿਸ਼ਵ ਦੇ ਮਾਲਿਕ ਕਿਵੇਂ ਬਣੇ। ਬਾਪ ਕਹਿੰਦੇ ਹੈ, ਤੁਸੀਂ ਨਹੀਂ ਜਾਣਦੇ ਹੋ, ਅਸੀਂ ਜਾਣਦੇ ਹਾਂ। ਤੁਸੀਂ ਬਾਪ ਦੇ ਬੱਚੇ ਹੀ ਕਹਿ ਸਕਦੇ ਹੋ ਕਿ ਅਸੀਂ ਤੁਹਾਨੂੰ ਦੱਸ ਸਕਦੇ ਹਾਂ ਇਹਨਾਂ ਨੇ ਇਹ ਪਦ ਕਿਵੇਂ ਪਾਇਆ। ਇਹਨਾਂ ਨੇ ਹੀ ਪੂਰੇ 84 ਜਨਮ ਲਿੱਤੇ, ਫਿਰ ਪੁਰਸ਼ੋਤਮ ਸੰਗਮ ਯੁੱਗ ਤੇ ਆ ਕੇ ਬਾਪ ਨੇ ਰਾਜਯੁਗ ਸਿਖਾਇਆ ਹੈ ਅਤੇ ਰਜ਼ਾਈ ਦਿੱਤੀ ਹੈ। ਉਸ ਤੋਂ ਪਹਿਲੇ ਨੰਬਰ 1 ਪਾਤਿਤ ਹੈ, ਫਿਰ ਨੰਬਰ 1 ਪਾਵਨ ਬਣੇ। ਸਾਰੀ ਰਾਜਧਾਨੀ ਹੈ ਨਾ, ਤੁਹਾਡੇ ਚਿੱਤਰਾਂ ਵਿੱਚ ਸਭ ਕਲੀਅਰ ਹੈ। ਇਹਨਾਂ ਨੂੰ ਰਾਜਯੋਗ ਕਿਸ ਨੇ ਸਿਖਾਇਆ? ਊਂਚ ਤੇ ਊਂਚ ਹੈ ਹੀ ਪਰਮਾਤਮਾ, ਦੇਵਤਾ ਤਾਂ ਸਿਖਲਾ ਨਹੀਂ ਸਕਦੇ, ਭਗਵਾਨ ਹੀ ਸਿਖਲਾਉਂਦੇ ਹੈ, ਜਿਸ ਨੂੰ ਨੌਲੇਜ ਕਿਹਾ ਜਾਂਦਾ ਹੈ। ਬਾਪ ਟੀਚਰ ਸਤਿਗੁਰੂ ਵੀ ਕਿਹਾ ਜਾਂਦਾ ਹੈ। ਇਹ ਸਭ ਗੱਲਾਂ ਉਹੀ ਸਮਝ ਸਕਦੇ ਹੈ ਜਿਨ੍ਹਾਂ ਨੇ ਸ਼ੁਰੂ ਵਿੱਚ ਸ਼ਿਵ ਦੀ ਭਗਤੀ ਕੀਤੀ ਹੋਵੇਗੀ। ਮੰਦਿਰ ਬਣਾਉਣ ਵਾਲਿਆਂ ਨੂੰ ਤੁਸੀਂ ਪੁੱਛੋ, ਤੁਸੀਂ ਇਹ ਮੰਦਿਰ ਬਣਾਇਆ ਹੈ, ਇਹਨਾਂ ਨੇ ਇਹ ਪਦ ਕਿਵੇਂ ਪਾਇਆ, ਇਹਨਾਂ ਦਾ ਰਾਜ ਕਦੋਂ ਸੀ, ਫਿਰ ਇਹ ਕਿੱਥੇ ਗਏ। ਤੁਸੀਂ 84 ਦੀ ਕਹਾਣੀ ਦੱਸੋ ਤਾਂ ਬਹੁਤ ਖੁਸ਼ ਹੋ ਜਾਣਗੇ। ਚਿੱਤਰ ਜੇਬ ਵਿੱਚ ਪਿਆ ਹੋਵੇ, ਤੁਸੀਂ ਕਿਸੇ ਨੂੰ ਵੀ ਸਮਝਾ ਸਕਦੇ ਹੋ। ਸ਼ੁਰੂ ਵਿੱਚ ਜਿਸਨੇ ਸ਼ਿਵ ਦੀ ਭਗਤੀ ਕੀਤੀ ਹੋਵੇਗੀ, ਉਹ ਸੁਣਦੇ ਰਹਿਣਗੇ, ਖੁਸ਼ ਹੁੰਦੇ ਰਹਿਣਗੇ। ਤੁਸੀਂ ਸਮਝ ਜਾਓਗੇ ਇਹ ਸਾਰੇ ਸਾਡੇ ਕੁੱਲ ਦਾ ਹੈ। ਦਿਨ ਪ੍ਰਤੀ ਦਿਨ ਬਾਬਾ ਬਹੁਤ ਸਹਿਜ ਯੁਕਤੀਆਂ ਦੱਸਦੇ ਹੈ। ਤੁਹਾਨੂੰ ਹੁਣ ਸਮਝ ਮਿਲੀ ਹੈ, ਪਰਮ ਪਿਤਾ ਪਰਮਾਤਮਾ ਦੀ ਹੀ ਸਭ ਦਾ ਸਦਗਤੀ ਦਾਤਾ ਹੈ। 21 ਜਨਮਾਂ ਦੇ ਲਈ ਸਤਿਯੁਗੀ ਪਾਤਸ਼ਾਹੀ ਮਿਲ ਜਾਂਦੀ ਹੈ। 21 ਜਨਮਾਂ ਦਾ ਵਰਸਾ ਇਸ ਪੜ੍ਹਾਈ ਨਾਲ ਹੀ ਮਿਲਦਾ ਹੈ। ਟੌਪਿਕ ਵੀ ਬਹੁਤ ਹੈ, ਵੈਸ਼ਾਲਿਆ ਅਤੇ ਸ਼ਿਵਾਲਿਆ ਕਿਸ ਨੂੰ ਕਿਹਾ ਜਾਂਦਾ ਹੈ। ਇਸ ਟੌਪਿਕ 'ਤੇ ਅਸੀਂ ਪਰਮ ਪਿਤਾ ਪਰਮਾਤਮਾ ਦੀ ਜੀਵਨ ਕਹਾਣੀ ਦੱਸ ਸਕਦੇ ਹਾਂ।
ਲਕਸ਼ਮੀ ਨਾਰਾਇਣ ਦੇ 84 ਜਨਮਾਂ ਦੀ ਕਹਾਣੀ ਇਹ ਵੀ ਟੌਪਿਕ ਹੈ। ਵਿਸ਼ਵ ਵਿੱਚ ਸ਼ਾਂਤੀ ਕਿਵੇਂ ਸੀ, ਫਿਰ ਅਸ਼ਾਂਤੀ ਕਿੱਦਾਂ ਹੋਈ, ਹੁਣ ਫਿਰ ਸ਼ਾਂਤੀ ਕਿਵੇਂ ਸਥਾਪਨ ਹੋ ਰਹੀ ਹੈ, ਇਹ ਵੀ ਟੌਪਿਕ ਹੈ। ਅੱਛਾ, ਮਿੱਠੇ ਮਿੱਠੇ ਸਿੱਕੇ ਲੱਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ, ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ ਧਾਰਨਾ ਲਈ ਮੁਖਿਆ ਸਾਰ ਨੰਬਰ 1 ਪਰ ਹੁਣ ਉੱਤਮ ਪੁਰਖ ਵੰਡ ਦੇ ਲਈ ਯਾਦ ਦੀ ਯਾਤਰਾ ਦੇ ਵਰਨ ਨਾਲ ਆਤਮਾ ਨੂੰ ਪਵਿੱਤਰ ਬਣਾਉਣਾ ਹੈ, ਕਰਮ ਇੰਦਰੀਆਂ ਨਾਲ ਕੋਈ ਵੀ ਵਿਕਰਮ ਨਹੀਂ ਕਰਨਾ ਹੈ। ਨੰਬਰ 2, ਗਿਆਨਵਾਨ ਬਣ ਆਤਮਾ ਨੂੰ ਸੁਜਾਗ ਕਰਨ ਦੀ ਸੇਵਾ ਕਰਨੀ ਹੈ, ਆਤਮਾ ਰੂਪੀ ਜੋਤੀ ਵਿੱਚ ਗਿਆਨ ਯੋਗ ਦਾ ਕੀ ਪਾਉਣਾ ਹੈ, ਸ਼੍ਰੀਮਤ ਤੇ ਬੁੱਧੀ ਨੂੰ ਸਵੱਛ ਬਣਾਉਣਾ ਹੈ। ਵਰਦਾਨ ਹੈ ਜਦਾਂ ਪੁਆਇੰਟਸ ਸਵਰੂਪ ਵਿੱਚ ਸਥਿਤ ਹੋ, ਮਨ ਬੁੱਧੀ ਨੂੰ ਨੈਗਟਿਵ ਦੇ ਪ੍ਰਭਾਵ ਤੋਂ ਸੇਫ ਰੱਖਣ ਵਾਲੇ ਵਿਸ਼ੇਸ਼ ਆਤਮਾ ਭਵ। ਪੁਆਇੰਟਸ ਸਵਰੂਪ ਵਿੱਚ ਸਥਿਤ ਹੋ, ਮਨ ਬੁੱਧੀ ਨੂੰ ਨੈਗਟਿਵ ਦੇ ਪ੍ਰਭਾਵ ਤੋਂ ਸੇਫ ਰੱਖਣ ਵਾਲੇ ਵਿਸ਼ੇਸ਼ ਆਤਮਾ ਭਵ। ਅੱਜ ਬਾਬਾ ਆਖਦੇ ਨੇ, ਜਿਵੇਂ ਕੋਈ ਸੀਜ਼ਨ ਹੁੰਦੀ ਹੈ ਤਾਂ ਸੀਜ਼ਨ ਤੋਂ ਬਚਣ ਦੇ ਲਈ ਉਸੀ ਪ੍ਰਮਾਣ ਅਟੈਂਸ਼ਨ ਰੱਖਿਆ ਜਾਂਦਾ ਹੈ। ਬਾਰਿਸ਼ ਆਏਗੀ ਤਾਂ ਛਾਤਾ, ਰੇਨਕੋਟ ਆਦਿ ਦਾ ਅਟੈਂਸ਼ਨ ਰੱਖਾਂਗੇ, ਸਰਦੀ ਆਏਗੀ ਤਾਂ ਗਰਮ ਕੱਪੜੇ ਰੱਖਾਂਗੇ। ਇਵੇਂ ਵਾਤਾਵਰਣ ਸਮੇਂ ਮਨ ਬੁੱਧੀ ਵਿੱਚ ਨੈਗਟਿਵ ਭਾਵ ਅਤੇ ਭਾਵਨਾ ਪੈਦਾ ਕਰਨ ਦਾ ਵਿਸ਼ੇਸ਼ ਕੰਮ ਮਾਇਆ ਕਰ ਰਹੀ ਹੈ। ਇਸ ਲਈ ਵਿਸ਼ੇਸ਼ ਸੇਫਟੀ ਦੇ ਸਾਧਨ ਅਪਣਾਓ। ਇਸ ਦਾ ਸਹਿਜ ਸਾਧਨ ਹੈ ਇੱਕ ਪੁਆਇੰਟ ਸਵਰੂਪ ਵਿੱਚ ਸਥਿਤ ਹੋਣਾ, ਆਸ਼ਚਰਯ ਅਤੇ ਕੁਸ਼ਚਨ ਮਾਰਗ ਦੇ ਬਜਾਏ ਬਿੰਦੂ ਲਗਾਉਣਾ, ਮਤਲਬ ਵਿਸ਼ੇਸ਼ ਆਤਮਾ ਬਣਨਾ। ਸਲੋਗਨ ਦਾ ਆਗਿਆਕਾਰੀ ਉਹ ਹੈ ਜੋ ਹਰ ਸੰਕਲਪ ਬੋਲ ਅਤੇ ਕਰਮ ਵਿੱਚ ਹੀ ਜੀ ਹਾਜ਼ਰ ਕਰਦਾ ਹੈ। ਆਗਿਆਕਾਰੀ ਉਹ ਹੈ ਜੋ ਹਰ ਸੰਕਲਪ ਬੋਲ ਅਤੇ ਕਰਮ ਵਿੱਚ ਜੀ ਹਾਜ਼ਰ ਕਰਦਾ ਹੈ। ਓਮ ਸ਼ਾਂਤੀ।